ਜ਼ਿਲ੍ਹਾ ਪਠਾਨਕੋਟ ਵਿਖੇ ਨਿੱਜੀ ਸਕੂਲਾਂ ਵੱਲੋਂ ਮਨਮਾਨੇ ਤਰੀਕੇ ਨਾਲ ਵਧਾਈਆਂ ਜਾ ਰਹੀਆਂ ਫੀਸਾਂ ਦਾ ਮਾਮਲਾ ਦਿਨੋ ਦਿਨ ਭਖਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਪਠਾਨਕੋਟ ਰੋਡ ਤੇ ਵੇਖਣ ਨੂੰ ਮਿਲੀ, ਜਿੱਥੇ ਬੀਤੇ ਦਿਨੀ ਨਿੱਜੀ ਸਕੂਲ ਵੱਲੋਂ ਫੀਸਾਂ ਵਧਾਏ ਜਾਣ ਦੀ ਵਜ੍ਹਾ ਕਰਕੇ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਮਾਮਲੇ ਨੂੰ ਗਰਮਾਉਂਦਾ ਵੇਖ ਸਕੂਲ ਪ੍ਰਸ਼ਾਸਨ ਵੱਲੋਂ ਅੱਜ ਮੁੜ ਤੋਂ ਮਾਤਾ ਪਿਤਾ ਨਾਲ ਬੈਠਕ ਰੱਖੀ ਗਈ ਸੀ, ਪਰ ਮਾਮਲੇ ਦਾ ਹੱਲ ਨਾ ਨਿਕਲਣ ਦੀ ਵਜ੍ਹਾ ਕਰਕੇ ਅੱਜ ਮੁੜ ਇੱਕ ਵਾਰ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਸਕੂਲ ਦੇ ਬਾਹਰ ਲਿੰਕ ਰੋਡ ਨੂੰ ਰੋਕ ਕੇ ਸਕੂਲ ਦੇ ਖਿਲਾਫ਼ ਭੜਾਸ ਕੱਢੀ ਗਈ ਅਤੇ ਪ੍ਰਦਰਸ਼ਨ ਕੀਤਾ ਗਿਆ। ਸਕੂਲ ਵੱਲੋਂ ਮਨਮਾਨੇ ਤਰੀਕੇ ਨਾਲ ਵਧਾਈਆਂ ਗਈਆਂ ਫੀਸਾਂ ਦੇ ਚੱਲਦੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਨਾਲ ਜਦ ਨਿਊਜ਼ ਨੰਬਰ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਮਨਮਾਨੇ ਤਰੀਕੇ ਦੇ ਨਾਲ ਫੀਸਾਂ ਵਧਾਈਆਂ ਜਾ ਰਹੀਆਂ ਹਨ, ਜਿਸ ਵਜ੍ਹਾ ਕਰਕੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਕੂਲ ਪ੍ਰਸ਼ਾਸਨ ਆਪਣੇ ਅੜੀਅਲ ਰਵੱਈਏ ਤੋਂ ਬਾਜ਼ ਨਹੀਂ ਆ ਰਿਹਾ। ਉਹਨਾਂ ਕਿਹਾ ਕਿ ਨਿੱਜੀ ਸਕੂਲਾਂ ਦੀ ਮਨਮਾਨੀ ਇਸ ਤਰ੍ਹਾਂ ਚੱਲਦੀ ਰਹੀ ਤਾਂ 13 ਫਰਵਰੀ ਨੂੰ ਮੁੜ ਉਹਨਾਂ ਵੱਲੋਂ ਮੋਰਚਾ ਖੋਲਿਆ ਜਾਵੇਗਾ। ਆਪਣਾ ਬੇਟਾ 2014 ਤੋਂ ਇੱਥੇ ਪੜ੍ਹਦਾ ਪਿਆ ਜੀ, ਉਦੋਂ 2860 ਰੁਪਏ ਫੀਸ ਸੀਗੀ, ਅੱਜ ਨੇ ਜਿਹੜੀ ਫੀਸ ਹੈ ਉਹ 10,140 ਰੁਪਈਏ। ਦੂਜੀ ਗੱਲ ਜੀ, ਜਿਹੜੇ ਇਹਨਾਂ ਦੇ ਆਪਣੀ ਕਲਾਸ ਦੇ ਬੱਚੇ ਹੈਗੇ ਉਹਨਾਂ ਦੀ ਫੀਸ 800-900 ਤੋਂ ਉੱਤੇ ਹੈ ਨਹੀਂ ਹੈ। ਇਹ ਸਾਨੂੰ ਦੱਸਿਆ ਗਿਆ ਕਿ ਇਹ ਕੀ ਸਿਸਟਮ ਹੈ, ਔਰ ਬਾਕੀ ਕਹਿ ਰਹੇ ਨੇ ਕਿ ਆਪਾਂ 8 ਦਿਨਾਂ ਜਿਹੜੀ ਫੀਸ ਹੈ ਉਹ ਵਧਾਏ ਕਰਨੇ ਆ। 2860 ਰੁਪਏ ਫੀਸ ਅਗਰ ਅੱਜ ਤੋਂ 6 ਸਾਲ ਪਹਿਲਾਂ ਅਗਰ ਆਪਾਂ ਕਰੀਏ, ਇਹ ਸਾਨੂੰ ਦੱਸਣ ਵੀ ਇਹ ਕਿਹੜਾ ਹਿਸਾਬ ਕਿਤਾਬ ਕਰਦੇ ਨੇ, ਜਿਹਦੇ ਨਾਲ ਕਿ 2800 ਤੋਂ ਸਿੱਧਾ ਇਹਨਾਂ 10,140 ਰੁਪਏ ਹਮਾਰੇ ਬੱਚੋ ਕੀ ਫੀਸ ਕਿਉਂ ਬੜਾਈ ਜਾ ਰਹੀ ਹੈ? ਆਜ ਆਜ ਕੇ ਜੋ ਮਹਿੰਗਾਈ ਕਾ ਜ਼ਮਾਨਾ ਹੈ, ਵਹਾਂ ਪੇ ਇੱਕ ਬੱਚਾ ਪੜ੍ਹਾਉਣਾ ਇਸ ਸਕੂਲ ਮੇਂ ਇੰਪੋਸੀਬਲ ਹੈ, ਹਮ ਆਪਣੇ ਦੋ ਬੱਚੇ ਕੈਸੇ ਪੜ੍ਹਾਏਂਗੇ? ਕੋਈ ਮੁਝੇ ਇਸ ਚੀਜ਼ ਕਾ ਆਨਸਰ ਦੇ ਦੇ। ਮਹਿੰਗਾਈ ਕਹਿ ਰਹੇ, ਮਹਿੰਗਾਈ ਇਨ ਸਕੂਲਸ ਕੀ ਬੜੀ ਕਾ, ਹਮਾਰੀ ਮਹਿੰਗਾਈ ਨਹੀਂ ਬੜੀ ਕਿਆ? ਹਮਾਰੀ ਹਮੇ ਫੈਸਿਲਿਟੀਜ਼ ਨਹੀਂ ਚਾਹੀਏ? ਐਜੂਕੇਸ਼ਨ ਬੇਸ ਪੇ ਅਗਰ ਦੇਖਾ ਜਾਏ, ਬਾਕੀ ਸਕੂਲਸ ਕੋ ਦੇਖੋ ਆਪ, ਉਨਕੀ ਫੀਸ ਕਿਤਨੀ ਹੈ ਔਰ ਇਸ ਸਕੂਲ ਕੀ ਫੀਸ ਕਿਤਨੀ ਹੈ, ਕੰਪੇਅਰ ਕਰੋ। ਹੁੰਦਾ ਕਿ ਕਿਸੇ ਵੀ ਬੰਦੇ ਦੇ ਪ੍ਰੈਸ਼ਰ ਲਾ ਕੇ ਕੋਈ ਚੀਜ਼ ਨਾ ਕੀਤੀ ਜਾਏ, ਅਗਰ ਉਹ ਪ੍ਰੈਸ਼ਰ ਲਾ ਕੇ ਕੋਈ ਵੀ ਕੰਟਰੈਕਟ ਐਗਰੀਮੈਂਟ ਤੇ ਸਾਈਨ ਹੁੰਦਾ ਔਰ ਐਸ ਪਰ ਕੋਰਟ ਆਫ ਇੰਡੀਆ ਇਜ਼ ਵਾਈਡ, ਉਹ ਕੋਈ ਮਾਇਨੇ ਨਹੀਂ ਰੱਖਦਾ, ਕਿਉਂਕਿ ਅੱਜ ਮੈਂ ਤੁਹਾਡੇ ਉੱਤੇ ਬੰਦੂਕ ਰੱਖ ਕੇ ਕੋਈ ਚੀਜ਼ ਸਾਈਨ ਕਰਾ ਦਾ ਤੇ ਉਹ ਵਾਈਡ ਆ, ਸਾਡੇ ਕੋਲ ਇਹੋ ਜਿਹੇ ਮੈਸੇਜ ਆ ਜਿਹੜੇ ਪ੍ਰੂਫ ਕਰਦੇ ਆ ਕਿ ਕੰਟਰੈਕਟ ਪ੍ਰੈਸ਼ਰਾਈਜ਼ ਹੋਇਆ। ਇਸ ਮੌਕੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਅੱਗੇ ਨਿੱਜੀ ਸਕੂਲਾਂ ਵਾਸਤੇ ਪਾਲਿਸੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਨਿੱਜੀ ਸਕੂਲਾਂ ਦੀ ਮਨਮਾਨੀ ਨੂੰ ਠੱਲ ਪਾਈ ਜਾ ਸਕੇ। ਦੂਜੇ ਪਾਸੇ ਜਦ ਇਸ ਬਾਰੇ ਸਕੂਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਅੜੀਅਲ ਰਵੱਈਆ ਇੱਕ ਵਾਰ ਮੁੜ ਸਾਹਮਣੇ ਆਇਆ, ਜਿਸ ਦੇ ਚੱਲਦੇ ਸਕੂਲ ਪ੍ਰਸ਼ਾਸਨ ਦੇ ਪ੍ਰਿੰਸੀਪਲ ਨੇ ਆਖਿਆ ਕਿ ਸਰਕਾਰੀ ਹਦਾਇਤਾਂ ਦੇ ਮੁਤਾਬਿਕ ਬੱਚਿਆਂ ਦੇ ਮਾਤਾ ਪਿਤਾ ਨੂੰ ਟਰਾਂਸਪੋਰਟ ਦੇ ਲਈ ਬੁਲਾਇਆ ਗਿਆ ਸੀ, ਪਰ ਬਾਵਜੂਦ ਉਸ ਦੇ ਬੱਚਿਆਂ ਦੇ ਮਾਤਾ ਪਿਤਾ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਜਦ ਵਧੀਆਂ ਹੋਈਆਂ ਫੀਸਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਹਰ ਸਾਲ ਮਹਿੰਗਾਈ ਵਧਦੀ ਹੈ, ਇਸ ਲਈ ਫੀਸ ਵੀ ਵਧਾਈ ਗਈ ਹੈ। ਅੱਜ ਦਾ ਮੀਟਿੰਗ ਜੋ ਹੈ ਹਮਨੇ ਇਸ ਲਈ ਬੁਲਾਇਆ ਥਾ ਕਿ ਸੇਫ ਸਕੂਲ ਵਾਹਨ ਕਾ ਪਾਲਿਸੀ ਲਾਗੂ ਕਰਨੇ ਕੇ ਲਈ ਪੇਰੈਂਟਸ ਕੋ ਜਾਗਰੂਕ ਕਰਾਨਾ ਥਾ, ਸਾਥ ਹੀ ਉਨਕਾ ਸਹਿਯੋਗ ਲੈਣਾ ਥਾ ਕਿ ਇਹ ਜੋ ਗਾੜੀ ਚੱਲ ਰਹੇ ਉਨਕੇ ਕਈਓਂ ਕਾ ਕਾਗਜ਼ਾਤ ਠੀਕ ਨਹੀਂ ਹੈ, ਉਸਮੇ ਜੋ ਸੇਫ ਵਾਹਨ ਪਾਲਿਸੀ ਕੇ ਲਈ ਜੋ ਵੀ ਕੰਡੀਸ਼ਨਸ ਹੈ ਉਹ ਆਧਾ ਵੀ ਪੂਰਾ ਨਹੀਂ ਕਰ ਰਹੇ, ਇਸ ਲਈ ਉਨਕਾ ਸਹਿਯੋਗ ਲੈਣੇ ਕੇ ਲਈ ਇਹ ਮੀਟਿੰਗ ਬੁਲਾਏ ਥੇ। ਔਰ ਇਸ ਮੀਟਿੰਗ ਮੇਂ ਆਏ ਪੇਰੈਂਟਸ ਨੇ ਫੀਸ ਜੋ ਇਨਕਰੀਜ਼ ਹੁਆ ਉਸਕਾ ਇਸ਼ੂ ਉਠਾਇਆ ਔਰ ਉਹ ਹਮਨੇ ਹਰ ਸਾਲ ਫੀਸ ਇਨਕਰੀਜ਼ ਕਰਨਾ ਹੈ ਕਿਉਂਕਿ ਜੋ ਐਕਸਪੈਂਸਿਸ ਹੈ ਹਰ ਸਾਲ ਵੱਧਦੇ ਜਾ ਰਹੇ ਹੈ।